ਜੋ ਅੱਜ ਪੂਰੇ ਵਰਲਡ ਦੇ ਵਿੱਚ, ਜੋ ਆਪਣੇ ਭਾਰਤ ਦੇਸ਼ ਦੇ ਵਿੱਚ ਵੀ ਜੋ ਕਰੋਨਾ ਦੀ ਨਾਮਰਾਦ ਬਿਮਾਰੀ ਜੋ ਫੈਲੀ ਹੋਈ ਹੈ, ਉਹਦੇ ਕਰਕੇ ਜੋ ਪੰਜਾਬ ਗਵਰਨਮੈਂਟ ਵੱਲੋਂ ਔਰ ਭਾਰਤ ਸਰਕਾਰ ਵੱਲੋਂ ਜੋ ਲੋਕਡਾਊਨ ਲਾਇਆ ਗਿਆ ਹੈ, ਉਸ ਦੇ ਮੱਦੇਨਜ਼ਰ ਰੱਖਦੇ ਹੋਏ ਸਾਡੇ ਜੋ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਹੈ ਉਹਨਾਂ ਵਾਸਤੇ ਸਾਡੀ ਸੰਸਥਾ, ਮੇਰੇ ਫਾਦਰ ਸੰਤ ਬਾਬਾ ਰੇਸ਼ਮ ਸਿੰਘ ਜੀ ਔਰ ਮੈਂ ਬਤੌਰ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਜੋ ਬਠਿੰਡਾ ਜ਼ਿਲ੍ਹਾ ਵਿੱਚ ਤੈਨਾਤ ਹਾਂ, ਅਸੀਂ ਆਪਣੇ ਵੱਲੋਂ ਇਹ ਆਪਣੇ ਇਲਾਕੇ ਦੇ 6 ਪਿੰਡਾਂ ਨੂੰ ਅਡੋਪਟ ਕੀਤਾ, ਜਿਨ੍ਹਾਂ ਦੇ ਮਿਹਨਤ ਮਜ਼ਦੂਰੀ ਕਰਨ ਵਾਲੇ ਹਰ ਘਰ ਘਰ ਅਸੀਂ ਉਹਨਾਂ ਦੇ ਖਾਣ ਪੀਣ ਦਾ ਰਾਸ਼ਨ ਪੈਕਟ ਬਣਾ ਕੇ ਜਿੰਨਾ ਵੀ ਮਤਲਬ ਸਾਡੀ ਸੰਸਥਾ ਵੱਲੋਂ ਹੋਇਆ ਅਸੀਂ ਉਹਨਾਂ ਨੂੰ ਪਹੁੰਚਾਵਾਂਗੇ। ਔਰ ਇਸ ਤਰ੍ਹਾਂ ਦਾ ਕੋਈ ਨਾ ਹੋਵੇ ਵੀ ਕੋਈ ਵੀ ਜਿਹੜਾ ਹੈ ਗਰੀਬ ਜਾਂ ਮਜ਼ਦੂਰੀ ਕਰਨ ਵਾਲਾ ਆਦਮੀ ਭੁੱਖਾ ਸਵਾਮੀ ਵਰ ਭੁੱਖਾ ਰਹਿ ਸਕੇ। ਸੋ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਜੋ ਇਹ ਨਾਮਰਾਦ ਬਿਮਾਰੀ ਹੈਗੀ ਹੈ, ਜੋ ਵਰਲਡ ਲੈਵਲ 'ਤੇ ਜਾਂ ਇਹ ਦੁਨੀਆ ਲੈਵਲ 'ਤੇ ਫੈਲੀ ਹੋਈ ਆ, ਇਸ ਤੋਂ ਸਾਨੂੰ ਜਲਦੀ ਛੁਟਕਾਰਾ ਅੰਜਾਮ ਮਿਲੇ ਔਰ ਅਸੀਂ ਜਿਹੜਾ ਹੈਗਾ ਸਾਡੇ ਲੋਕ ਜਿਹੜੇ ਹੈਗੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ, ਜੋ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਜਾਂ ਜੋ ਵੀ ਸਮਾਜਿਕ ਲੋਕ ਹੈ, ਉਹ ਆਪਣਾ ਉਸੇ ਤਰ੍ਹਾਂ ਖੁਸ਼ਹਾਲ ਜ਼ਿੰਦਗੀ ਜਿਉਣ। ਔਰ ਇਸ ਦੇ ਨਾਲ ਹੀ ਜੋ ਅਸੀਂ ਕਾਮਨਾ ਕਰਦੇ ਹਾਂ, ਜੋ ਪੰਜਾਬ ਪੁਲਿਸ ਹੈ ਦਿਨ ਰਾਤ ਇੱਕ ਮਿਹਨਤ ਕਰਕੇ ਜੋ ਬੇਸਹਾਰਾ ਲੋਕ ਹੈ, ਜੋ ਗਰੀਬ ਲੋਕ ਹੈ, ਉਹਨਾਂ ਨੂੰ ਖਾਣਾ ਮੁਹੱਈਆ ਕਰਵਾ ਰਹੀ ਹੈ, ਉਹਨਾਂ ਦੀ ਜਾਨ ਮਾਲ ਦੀ ਜੋ ਰਾਖੀ ਹੈ ਉਹਦੇ ਲਈ ਵੀ ਅਸੀਂ ਵਚਨਬੰਧ ਹਾਂ। ਸੋ ਇਸੇ ਤਰ੍ਹਾਂ ਮੇਰੇ ਜ਼ਿਲ੍ਹੇ ਦੇ SSP ਸਾਹਿਬ ਵੀ ਜੋ ਹੈ ਦਿਨ ਰਾਤ ਮਿਹਨਤ ਕਰਕੇ ਉਹ ਆਪਣੇ ਹਰ ਸਮੇਂ ਤੋਂ ਸਮੇਂ ਜੋ ਗਰੀਬਾਂ ਲਈ, ਲੋੜਵੰਦ ਲੋਕਾਂ ਲਈ ਸਮਾਨ ਦੀ ਜ਼ਰੂਰਤ ਹੈ ਉਹ ਵੀ ਭੇਜਦੇ ਆ। ਤੋ ਸੋ ਅਸੀਂ ਇਸੇ ਦੇ ਮੱਦੇਨਜ਼ਰ ਰੱਖਦੇ ਹੋਏ ਸਾਡੇ ਇਲਾਕੇ ਦੇ ਵਿੱਚ, ਮੈਂ ਆਪਣਾ ਮੇਰਾ ਪਿੰਡ ਜੋ ਚੱਕਪੱਖੀ ਆ, ਅਸੀਂ ਨੇੜੇ ਨੇੜੇ ਜੋ 6 ਪਿੰਡ ਉਹਨਾਂ ਨੂੰ ਅਡੋਪਟ ਕੀਤਾ ਹੋਇਆ, ਗੋਦ ਲਿਆ ਹੋਇਆ, ਅਸੀਂ ਉੱਥੇ ਹਰ ਘਰ ਜੋ ਗਰੀਬ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਅਸੀਂ ਸੁੱਕਾ ਰਾਸ਼ਨ ਜਿੰਨਾ ਵੀ ਹੈ ਉਹ ਉਹਨਾਂ ਦੇ ਘਰ ਪਹੁੰਚਾਵਾਂਗੇ, ਜੋ ਉਹਨਾਂ ਦੇ 10-15 ਦਿਨ ਦਾ ਜੋ ਆਪਣਾ ਉਹ ਖਾਣਾ ਬਣਾ ਸਕਣ। ਜੇਕਰ ਉਸ ਤੋਂ ਵੱਧ ਵੀ ਲੋੜ ਪੈਂਦੀ ਹੈ ਤਾਂ ਅਸੀਂ ਉਹ ਵੀ ਉਹਨਾਂ ਨੂੰ ਜ਼ਰੂਰ ਪਹੁੰਚਾਵਾਂਗੇ। ਇਹਦੇ ਨਾਲ ਮੈਡੀਕਲ ਸਹਾਇਤਾ ਵੀ ਅਸੀਂ ਉਹਨਾਂ ਨੂੰ ਦੇਣ ਦੇ ਵਚਨਬੱਧ ਹਾਂ। ਹੋਰ ਜੋ ਇਸ ਨਾਮਰਾਦ ਬਿਮਾਰੀ ਦੀਆਂ ਜੋ ਸੈਨੇਟਾਈਜ਼ਰ ਹੈ ਜਾਂ ਹੋਰ ਚੀਜ਼ਾਂ ਜੋ ਲੋੜਵੰਦ ਹੈ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਘਰ ਤੱਕ ਪਹੁੰਚਾਵਾਂਗੇ। ਔਰ ਨਾਲ ਹੀ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਜੋ ਭਾਰਤ ਸਰਕਾਰ ਵੱਲੋਂ, ਪੰਜਾਬ ਗੌਰਮੈਂਟ ਵੱਲੋਂ, ਜੋ ਪ੍ਰਸ਼ਾਸਨ ਵੱਲੋਂ ਲੋਕਡਾਊਨ ਕੀਤਾ ਗਿਆ, ਤੁਸੀਂ ਆਪਣੇ ਘਰਾਂ ਦੇ ਅੰਦਰ ਹੀ ਰਹਿ ਕੇ, ਆਪਣੇ ਘਰਾਂ ਦੇ ਅੰਦਰ ਰਹਿ ਕੇ ਤੁਸੀਂ ਆਪਣੇ ਬੱਚਿਆਂ ਦੀ, ਆਪਣੇ ਬਜ਼ੁਰਗਾਂ ਦੀ ਸਿਹਤ ਦਾ ਖਾਸ ਖਿਆਲ ਰੱਖੋ, ਕਿਉਂਕਿ ਇਸ ਬਿਮਾਰੀ ਤੋਂ ਅਸੀਂ ਜੇ ਚੇਨ ਤੋੜਾਂਗੇ ਤਾਂ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਮਿਲੇਗਾ। ਔਰ ਇਸ ਦੇ ਨਾਲ ਹੀ ਸਾਡੇ ਮੇਰੇ ਫਾਦਰ ਸਾਹਿਬ ਵੱਲੋਂ ਜੋ ਮਹਾਂਪੁਰਸ਼ ਹੈ ਜੋ ਸੰਤ ਬਾਬਾ ਰੇਸ਼ਮ ਸਿੰਘ ਜੀ, ਉਹਨਾਂ ਵੱਲੋਂ ਜੋ ਹੈਗਾ ਇੱਕ ਹਰ ਡੇ ਹਰ ਰੋਜ਼ 1000-1500 ਬੰਦੇ ਦਾ ਲੰਗਰ ਬਣਾ ਕੇ ਜੋ ਗਰੀਬ ਝੁੱਗੀਆਂ ਝੌਂਪੜੀਆਂ ਵਾਲੇ ਆ ਜਾਂ ਜੋ ਲੋਕ ਗਰੀਬ ਲੋਕ ਆ ਉਹਨਾਂ ਤੱਕ ਵੀ ਪਹੁੰਚਾਇਆ ਜਾਂਦਾ ਹੈ। ਔਰ ਇਸ ਦੇ ਨਾਲ ਨਾਲ ਜੋ ਅਵਾਰਾ ਪਸ਼ੂ ਆ ਜਾਂ ਹੋਰ ਕੋਈ ਗਊਸ਼ਾਲਾ ਜਾਂ ਹੋਰ ਵੀ ਜਿੱਥੇ ਕਿਸੇ ਹਰੇ ਚਾਰੇ ਦੀ ਲੋੜ ਆ ਉਹ ਵੀ ਭੇਜੀ ਜਾਂਦੀ ਹੈ। ਸੋ ਇਸ ਦੇ ਨਾਲ ਹੀ ਅਸੀਂ ਆਪਣੇ ਇਸ ਇਲਾਕੇ ਦੇ ਜੋ ਪਿੰਡਾਂ ਨੂੰ ਅਡੋਪਟ ਕੀਤਾ ਹੈਗਾ, ਅਸੀਂ ਉਹਨਾਂ ਨੂੰ ਹਰ ਖਾਣਾ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਉਹਨਾਂ ਨੂੰ ਵੱਧ ਤੋਂ ਵੱਧ ਸਹਾਇਤਾ ਕਰਾਂਗੇ, ਕਿਉਂਕਿ ਮੇਰੇ ਇਲਾਕੇ ਔਰ ਮੇਰੇ ਇਸ ਸਮਾਜ ਦਾ ਜੋ ਵੀ ਕੋਈ ਗਰੀਬ ਹੈ ਜਾਂ ਕੋਈ ਮਿਹਨਤ ਮਜ਼ਦੂਰੀ ਕਰਨ ਵਾਲਾ ਆਦਮੀ ਹੈ ਉਹ ਭੁੱਖਾ ਨਾ ਸੌਂ ਸਕੇ। ਸੋ ਪਰਮਾਤਮਾ ਅੱਗੇ ਕਾਮਨਾ ਕਰਦੇ ਹਾਂ ਵੀ ਸਾਨੂੰ ਇਸ ਬਿਮਾਰੀ ਤੋਂ ਜਲਦੀ ਛੁਟਕਾਰਾ ਮਿਲੇ ਔਰ ਅਸੀਂ ਉਸੇ ਤਰ੍ਹਾਂ ਆਪਣੀ ਖੁਸ਼ਹਾਲ ਜ਼ਿੰਦਗੀ ਜੀਏ। ਧੰਨਵਾਦ।